ਇਹ ਸਾਡੇ ਚੰਗਵਾਣੀ ਨੌਜਵਾਨ ਇਤਿਹਾਦ ਦੇ ਚੇਅਰਮੈਨ ਜਨਾਬ ਸਰਦਾਰ ਹਾਫਿਜ਼ ਰਿਆਜ਼ ਅਹਿਮਦ ਖਾਨ ਸਾਹਿਬ ਨੇ ਆਪਣੇ ਚੀਫ ਚੰਗਵਾਣੀ ਸਰਦਾਰ ਨਾਸਿਰ ਖਾਨ ਔਰ ਜਨਰਲ ਸੈਕਟਰੀ ਜਨਾਬ ਹਾਫਿਜ਼ ਅਬਦੁਲ ਮਾਲਿਕ ਮੱਕੀ ਸਾਹਿਬ ਦੇ ਹੁਕਮ ਦੇ ਮੁਤਾਬਿਕ ਇਹ ਰੈਲੀ ਦਾ ਇਨਕਾਦ ਕੀਤਾ ਗਏ। ਇਹ ਰੈਲੀ ਦਾ ਮਕਸਦ ਕਸ਼ਮੀਰੀ ਕੌਮ ਦੇ ਨਾਲ ਇਜ਼ਹਾਰ ਯਕਜਹਤੀ ਹੈ ਕਿ ਸਾਡੀ ਪੂਰੀ ਚੰਗਵਾਣੀ ਕੌਮ ਔਰ ਪੂਰੇ ਆਲਿਆਨ ਪਾਕਿਸਤਾਨ ਕਸ਼ਮੀਰੀ ਕੌਮ ਦੇ ਨਾਲ ਇਜ਼ਹਾਰ ਯਕਜਹਤੀ ਕਰੇਂਦਨ ਔਰ ਹਰ ਹਾਲਤ ਦੇ ਵਿੱਚ ਕਸ਼ਮੀਰੀ ਕੌਮ ਦੇ ਨਾਲ ਹਨ। ਔਰ ਦੂਜੇ ਨੰਬਰ 'ਤੇ ਸਾਰੀ ਚੰਗਵਾਣੀ ਕੌਮ ਚੰਗਵਾਣੀ ਨੌਜਵਾਨ ਇਤਿਹਾਦ ਦੀ ਤਰਫੋਂ ਆਪਣੇ ਪਾਕ ਫੌਜ ਦੇ ਨਾਲ ਇਜ਼ਹਾਰ ਯਕਜਹਤੀ ਹੈ ਕਿ ਅਸਾਂ ਆਪਣੀ ਪਾਕ ਫੌਜ ਦੇ ਨਾਲ ਇਜ਼ਹਾਰ ਯਕਜਹਤੀ ਕਰੇਂਦੇ ਹੋਏ ਇਹ ਐਲਾਨ ਕਰੇਂਦੋ ਆਪਣੀ ਕਿਆਦਤ ਦੀ ਮੌਜੂਦਗੀ ਦੇ ਅੰਦਰ ਔਰ ਕਿਆਦਤ ਦੇ ਹੁਕਮ ਔਰ ਮਸ਼ਵਰੇ ਦੇ ਨਾਲ ਕਿ ਅਸਾਂ ਹਰ ਹਾਲਤ ਦੇ ਅੰਦਰ ਆਪਣੀ ਫੌਜ ਦੇ ਨਾਲ ਸ਼ਾਨਾ ਬਸ਼ਾਨਾ ਚੱਲਣ ਕੋ ਤਿਆਰ ਹੈ ਔਰ ਹਾਜ਼ਰ ਹੈ। ਸਾਰੀ ਪਾਕ ਫੌਜ ਜਿੱਥੇ ਵੀ ਇਸ਼ਾਰਾ ਕਰੇ ਸੀ ਆਪਣੇ ਮੁਲਕ ਦੀ ਹਿਫਾਜ਼ਤ ਦੇ ਵਾਸਤੇ ਜਾਂ ਕਸ਼ਮੀਰੀ ਮਹਾਦ ਵਾਸਤੇ ਇਹ ਚੰਗਵਾਣੀ ਨੌਜਵਾਨ ਪਾਕ ਫੌਜ ਦੇ ਇਸ਼ਾਰੇ ਦੇ ਉੱਤੇ ਆਪਣੇ ਆਪ ਨੂੰ ਕਟਾਉਣ ਵਾਸਤੇ ਤਿਆਰ ਹਨ। ਪਾਕਿਸਤਾਨ ਔਰ ਮੈਂ ਆਪਣੇ ਅਫਵਾਜ ਪਾਕਿਸਤਾਨ ਕੋ ਖਿਰਾਜ ਤਹਿਸੀਲ ਪੇਸ਼ ਕਰੇਂਦਾ ਔਰ ਖਿਰਾਜ ਤਹਿਸੀਲ ਪੇਸ਼ ਕਰੇਂਦੇ ਹੋਵੇ ਨਾਲ ਹੀ ਉਹਨਾਂ ਦੇ ਹੌਸਲੇ ਵਧਾਉਣ ਦੇ ਵਾਸਤੇ ਆਪਣੇ ਪੈਗੰਬਰ ਜਨਾਬ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਇੱਕ ਇਰਸ਼ਾਦ ਪੇਸ਼ ਕਰੇਂਦਾ ਕਿ ਇਹ ਸਾਡੀ ਫੌਜ ਜਿਹੜੇ ਸਾਡੇ ਮੁਲਕ ਦੇ ਸਰਹੱਦਾਂ ਦੇ ਹਿਫਾਜ਼ਤ ਦੇ ਅੰਦਰ ਮਸਰੂਫ ਹੈ ਰਾਤਰੀ ਆਪਣਾ ਤਨ ਮਨ ਧਨ ਕੁਰਬਾਨ ਕਰਨ ਵਾਸਤੇ ਰਾਤ ਦੇ ਅੰਧੇਰੇ ਦੇ ਅੰਦਰ ਜੰਗਲਾਤ ਦੇ ਅੰਦਰ ਪਹਾੜਾਂ ਦੇ ਅੰਦਰ ਸਾਡੇ ਇਸਲਾਮੀ ਮੁਲਕ ਦੇ ਸਰਹੱਦਾਂ ਦੀ ਹਿਫਾਜ਼ਤ ਕਰਨ ਦੇ ਪੈਲ ਅੱਲਾਹ ਦੇ ਪੈਗੰਬਰ ਜਨਾਬ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਇਰਸ਼ਾਦ ਗ੍ਰਾਮੀ ਹੈ ਕਿ ਤਰਾਏ ਅੱਖੀ ਇਹੋ ਜਾ ਜਿਹਨੇ ਜਹੰਨਮ ਵੰਜਣ ਦੇ ਦੂਰ ਦੀ ਗੱਲ ਹੈ ਉਹਨੇ ਦੇ ਹੱਥ ਨਿਗਾਹ ਜਹੰਨਮ ਦੂਰ ਹੋ ਸੀ ਉਹਨੇ ਤਰਾਏ ਅੱਖੀ ਵਿੱਚੋਂ ਇੱਕ ਅੱਖ ਉਹ ਹੈ ਫਰਮਾਇਆ ਹਰ ਅਸਦ ਫੀ ਸਬੀਲਿਲਲਾਹ ਜਿਹੜੀ ਅੱਖ ਰਾਤ ਦਾ ਜਾਗ ਕੇ ਇਸਲਾਮੀ ਮੁਲਕ ਤੇ ਇਸਲਾਮੀ ਸਰਹੱਦਾਂ ਦੀ ਹਿਫਾਜ਼ਤ ਕਰੇਂਦੀ ਹੈ ਕਿਆਮਤ ਦੀ ਉਹ ਅੱਖ ਕਹਿੰਦੇ ਜਹੰਨਮ ਹੱਦ ਨਿਗਾਹ ਦੂਰ ਹੋ ਸੀ ਯਾਨੀ ਇਹ ਸਾਰੇ ਅਫਵਾਜ ਪਾਕਿਸਤਾਨ ਜੋ ਮੁਲਕ ਪਾਕਿਸਤਾਨ ਦੀ ਹਿਫਾਜ਼ਤ ਦੇ ਅੰਦਰ ਰਾਤਰੀ ਮਸਰੂਫ ਹੈ ਇਹ ਇਹਨਾਂ ਦੇ ਵਾਸਤੇ ਇਹ ਏਜ਼ਾਜ਼ ਹੈ ਇਹ ਅੱਲਾਹ ਦੇ ਪੈਗੰਬਰ ਦਾ ਇਹ ਹੁਕਮ ਹੈ ਕਿ ਜਿਹੜੇ ਪਾਕ